मेरी आ वीडियो इंग्लैंड आले ते इंडिया आले कन खोल के ते अखां खोल के वेखियो ते सुनियो। जे तुहानू लगदा है वीडियो मैं लाइकां वास्ते बनाउणा है कमेंटां वास्ते बनाउणा, खबरदार जे किसी ने लाइक लूक कीती, खबरदार जे किसी ने कमेंट कीता। अज साडी मुछ दा सवाल है, अज साडी इज्जत दा सवाल है, साडियां धीआं दीआं चुन्नियां दा सवाल है। पंजाब दे विच कई सालां तों इक खुल्या होया सी जिहड़ा हर दिन टौं टौं करदा सी जट्टां दे खिलाफ, जट ऐ जट ऐ जट ऐ। साडी सारी जिंदगी लंघ गई, असीं कदे जात पात दा नां नहीं लिया, कदे किसे नूं जात दा मिणा नहीं मारिया, सारिआं नूं अपना भरा समझिआ, सारिआं दी जूठ छकी है, हर किसे दी रोटी जूठी खाधी आ, हर किसे नाल साडी सांझ है। मेरे 100 दे विचों 90 दोस्त दूसरी बरादरी दे है। कोई जात उच्ची वड्डी नहीं हुंदी। गुरु गोबिंद सिंह जी ने कहा सिख दी कोई जात नहीं, जिहदी कोई जात है ਉਹ ਸਿੱਖ ਨਹੀਂ। ਪਰ ਰੰਗਰੇਟਾ ਸਾਹਿਬ, ਤੁਸੀਂ ਆਪਣੀਆਂ ਰੋਟੀਆਂ ਖਾਣ ਦੇ ਚੱਕਰ 'ਚ, ਇੰਟਰਨੈਟ ਤੋਂ ਰੋਟੀਆਂ ਟੁਕੜੀਆਂ ਵੋਚਣ ਦੇ ਖਾਤਰ ਤੁਸੀਂ ਹਰ ਦਿਨ ਜੱਟਾਂ ਦੇ ਖਿਲਾਫ਼ ਬੋਲਦੇ ਹੋ। ਜੱਟਾਂ ਦੀਆਂ ਕੁੜੀਆਂ ਹੈ, ਜੱਟ ਹੈ ਜੱਟ ਹੈ। ਜਦੋਂ ਵੀ ਕਿਤੇ ਵੀ ਸਿੱਖ ਗੁਰੂ ਘਰ ਦੇ ਵਿੱਚ ਲੜਾਈ ਹੁੰਦੀ ਹੈ, ਤੂੰ ਚੱਕ ਕੇ ਪੋਸਟ ਪਾ ਦਿੰਦਾ ਸਿੱਖਾਂ 'ਚ ਲੜਾਈ ਪੈ ਗਈ। ਟਾਰਗੇਟ ਕਰਦਾ ਤੂੰ ਹਮੇਸ਼ਾ ਸਿੱਖਾਂ ਨੂੰ। ਕਦੇ ਕਿਸੇ ਮੰਦਿਰ ਦੀ ਵੀਡੀਓ ਪਾਈ ਹੈ ਗੋਲਕ ਪਿੱਛੇ ਲੜਾਈ ਹੋਈ ਹੈ? ਕਦੇ ਕਿਸੇ ਗੁਰਦੁਆਰੇ ਚ ਕਿਸੇ ਬਰਾਦਰੀ ਨੂੰ ਕਿਹਾ ਗਿਆ ਤੂੰ ਲੰਗਰ ਨਹੀਂ ਛਕਣਾ ਹੈਗਾ, ਤੂੰ ਸਾਡੇ ਗੁਰੂ ਘਰ ਨਹੀਂ ਆਉਣਾ? ਮੰਨਿਆ ਇੱਕ ਦੋ ਥਾਂ ਹੋਇਆ ਹੋਊਗਾ, ਤੇਰੇ ਅਰਗੇ ਕੁਝ ਛੋਟੀ ਸੋਚ ਦੇ ਬੰਦੇ ਹੈਗੇ ਆ ਜਿਹੜੇ ਨਹੀਂ ਆਉਣ ਦਿੰਦੇ ਹੁੰਦੇ, ਕਿਉਂਕਿ ਤੇਰੇ ਅਰਗੀ ਕਣਕ ਦੇ ਵਿੱਚ ਕੰਗਿਆਰੀ ਹਰ ਕਿਤੇ ਪੈਦਾ ਹੁੰਦੀ ਹੈ। ਉਹਨਾਂ ਦੋ ਬੰਦਿਆਂ ਕਰਕੇ ਤੂੰ ਪੂਰੇ ਜੱਟ ਸਮਾਜ ਨੂੰ, ਜੱਟ ਕਬੀਲੇ ਨੂੰ ਇਸਦਾ ਬੋਲਦਾ। ਮੇਰਾ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਮੈਂ ਜੱਟਾਂ ਦਾ, ਮੈਂ ਕਦੀ ਜਾਤ ਪਾਤ ਦਾ ਨਾਂ ਨਹੀਂ ਲਿਆ, ਪਰ ਅੱਜ ਬੋਲਣਾ ਬਣਦਾ। ਤੂੰ ਹਮੇਸ਼ਾ ਕਹਿੰਦਾ ਮੈਂ ਤੁਹਾਡਾ ਬੇਜ ਰੰਗਰੇਟਾ ਮਜ਼ਲੂਮਾਂ ਦਾ ਰਾਖਾ, ਕਾਹਦਾ ਰਾਖਾ ਤੂੰ? ਇੰਟਰਨੈਟ ਤੋਂ ਤੇਰੀ ਰੋਟੀ ਚੱਲਦੀ, ਤੇਰੇ ਟੱਬਰ ਦੀ ਰੋਟੀ ਚੱਲਦੀ ਹੈ। ਵੀਰ ਮੇਰਿਆ ਬਸ ਕਰ, ਇੰਟਰਨੈਟ ਤੋਂ ਪੈਸੇ ਕਮਾਉਣੇ ਬੰਦ ਕਰ ਦੇ। ਜੇ ਤੈਨੂੰ ਪੈਸਿਆਂ ਦੀ ਇੰਨੀ ਭੁੱਖ ਹੈ, ਮੈਂ ਇੱਕ ਥਾਪੜ ਕੇ ਕਹਿੰਦਾ ਤੈਨੂੰ 20,000 ਹਰ ਮਹੀਨੇ ਭੇਜਿਆ ਕਰੂੰਗਾ ਮੈਂ। ਤੂੰ ਤੇਰਾ ਰੌਲਾ ਚੱਲਦਾ ਹੈ ਬਾਈ ਅਵੀ ਸਿੱਧੂ ਨਾਲ, ਠੀਕ ਹੈ? ਤੂੰ ਜੱਟਾਂ ਖਿਲਾਫ਼ ਬੋਲਦਾ ਸੀ, ਉਹਨੇ ਹੁਣ ਤੈਨੂੰ ਧਰ ਕੇ ਲਿਆ। ਤੂੰ ਤੜਫ, ਤੂੰ ਤਰਕ ਨਾਲ, ਦਲੀਲ ਨਾਲ, ਕਿਸੇ ਸਬੂਤ ਨਾਲ ਤੂੰ ਉਹਦਾ ਵਿਰੋਧ ਕਰ, ਪਰ ਤੂੰ ਕੀ ਕੀਤਾ? ਉਹਦੀ ਫੋਟੋ ਐਡਿਟ ਕਰਕੇ ਤੂੰ ਲਿਖਿਆ ਇਹ ਇੰਗਲੈਂਡ ਵਿੱਚ ਦੇ ਵਪਾਰ ਦਾ ਧੰਦਾ ਕਰਾਉਂਦਾ ਜੀ ਕੁੜੀਆਂ ਤੋਂ। ਤੈਨੂੰ ਪਤਾ ਅਵੀ ਸਿੱਧੂ ਕੌਣ ਹੈ? ਮੈਂ ਦੱਸਦਾ ਤੈਨੂੰ, ਅਵੀ ਸਿੱਧੂ ਉਹ ਬੰਦਾ ਹੈ ਜਿਹਨੇ ਹਜ਼ਾਰਾਂ ਕੁੜੀਆਂ ਦੀ ਇੱਜ਼ਤ ਪਹੁੰਚਾਈ ਹੈ ਯੂਕੇ ਦੇ ਵਿੱਚ। ਤੇਰੇ ਅਰਗੇ ਕਈ ਪੰਜਾਬੀ ਸੀ ਇੱਥੇ ਜਿਨ੍ਹਾਂ ਨੇ ਦੇ ਵਪਾਰ ਦਾ ਧੰਦਾ ਸ਼ੁਰੂ ਕਰਵਾਇਆ ਸੀ ਕੁੜੀਆਂ ਨੂੰ, ਹੋਮ ਕੇਅਰ ਦੀ ਜੌਬ ਕਹਿ ਕੇ ਗਲਤ ਪਾਸੇ ਤੱਕ ਧੱਕਦੇ ਸੀ ਉਹਨਾਂ ਦੇ, ਫਿਰ ਅਸੀਂ ਬਾਂਹ ਦਿੱਤੀ। ਅਵੀ ਮੇਰੇ ਨਾਲ ਖੜਿਆ ਸੀ ਉਸ ਟਾਈਮ, ਹੈਕ ਜੋੜ ਕੇ ਕਹਿੰਦਾ ਆਉਣ ਦੇ ਚੜਾਉਂਦਾ ਹੈ। ਤੇਰੇ ਅਰਗੇ ਕਈ ਚਕੁੰਦਰਾਂ ਤੋਂ ਕੁੜੀਆਂ ਦੇ ਅਸੀਂ ਪਾਸਪੋਰਟ ਮੰਗਵਾਏ ਸੀ, ਉਹ ਪਾਸਪੋਰਟ ਦੱਬੀ ਬੈਠੇ ਸੀ, ਬਲੈਕਮੇਲ ਕਰਦੇ ਸੀ ਸਾਡੇ ਕੋਲ, ਰਾਤਾਂ ਵਾਲੀ ਆਓ ਸਾਡੇ ਕੋਲ ਪੈਸੇ ਦੋ, ਸਾਨੂੰ ਮਹੀਨੇ ਦਾ 2,000 ਪਾਉਣ ਮੰਗਦੇ ਸੀ, ਨਹੀਂ ਤੁਹਾਡੀਆਂ ਵੀਡੀਓ ਪਾ ਦਾਂਗੇ, ਤੁਹਾਨੂੰ ਐਂ ਕਰ ਦਾਂਗੇ, ਤੁਹਾਨੂੰ ਡਿਪੋਰਟ ਕਰਾ ਦਾਂਗੇ। ਖਾਸ ਕਰ ਉਹ ਨਾ ਕੁੜੀਆਂ ਨੂੰ ਟਾਰਗੇਟ ਕਰਦੇ ਸੀ ਜਿਨ੍ਹਾਂ ਨੇ ਯੂਨੀ ਛੱਡਤੀ ਜਾਂ ਜਿਹੜੀਆਂ ਕੱਚੀਆਂ ਨੇ। ਤੇਰੇ ਅਰਗੇ ਜਿਹੜੇ ਇੰਨੀ ਪੈਸੇ ਦੀ ਭੁੱਖ ਹੁੰਦੀ ਹੈ। ਤੂੰ ਮੇਰੇ ਦਾਦੇ ਦੀ ਉਮਰ ਦਾ, ਮੈਂ ਬੋਲਦਾ ਚੰਗਾ ਨਹੀਂ ਲੱਗਦਾ, ਤੇ ਤੂੰ ਅੱਧੀ ਉਮਰ ਦਾ ਵੀ ਨਹੀਂ ਹੈਗਾ, ਪਰ ਜੇ ਸ਼ਰਮ ਕਰ ਯਾਰ। ਤੂੰ ਸਾਡੇ ਦੂਜੀ ਜਿਹੜੀ ਰਵਿਦਾਸੀ ਬਰਾਦਰੀ ਹੈ, ਸਾਡੇ ਵਾਲਮੀਕ ਭਰਾ ਨੇ, ਤੂੰ ਉਹਨਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣਾ। ਤੇਰੀ ਜਿੱਦ ਤਾਂ ਕੋਈ ਆਪਣੀ ਲੱਗਦੀ ਹੈ ਮੈਨੂੰ ਜੱਟਾਂ ਨਾਲ, ਪਤਾ ਨਹੀਂ ਮੈਂ ਪੜ੍ਹਦਾ ਹੁੰਦਾ ਕਮੈਂਟ, ਤੈਨੂੰ ਅੱਧ ਜੱਟ ਭਰਾ ਵੀ ਬਹੁਤ ਜਾਣੇ ਕਹਿੰਦੇ ਆ, ਮੈਨੂੰ ਨਹੀਂ ਪਤਾ ਕਿਉਂ ਕਹਿੰਦੇ ਆ, ਪਰ ਤੈਨੂੰ ਬਹੁਤ ਜਾਣੇ ਕਹਿੰਦੇ ਆ। ਮੈਂ ਕਮੈਂਟਾਂ 'ਤੇ ਝੜੀ ਲੱਗੀ ਹੁੰਦੀ ਹੈ, ਚਾਹੇ ਤੂੰ ਡਿਲੀਟ ਕਰ, ਪਰ ਅਸੀਂ ਪੜ੍ਹ ਲੈਂਦੇ ਹਾਂ। ਪਰ ਵੀਰ ਮੇਰਿਆ ਤੂੰ ਇੰਨਾ ਵੈਰ ਨਾ ਪੈ, ਤੇ ਮੇਰੀ ਰਵਿਦਾਸੀ ਭਰਾਵਾਂ ਨੂੰ, ਵਾਲਮੀਕੀ ਭਰਾਵਾਂ ਨੂੰ ਬੇਨਤੀ ਹੈ, ਇਹੋ ਜਿਹਾ ਮਗਰ ਨਾ ਲੱਗੋ। ਸਿੱਖ ਕੌਮ ਨੂੰ ਪਹਿਲਾਂ ਹੀ ਦੋ ਫਾੜ ਕਰਨ ਲਈ ਬਹੁਤ ਜ਼ੋਰ ਲਾਇਆ ਹੋਇਆ ਲੋਕਾਂ ਨੇ, ਤੁਸੀਂ ਇਹਦੀਆਂ ਗੱਲਾਂ 'ਚ ਆ ਕੇ ਅਲੱਗ ਧਰਮ ਨਾ ਬਣਾਉਣ ਨੂੰ ਕਹੋ। ਹੁਣ ਬਹੁਤ ਸਾਰੇ ਰਵਿਦਾਸੀ ਭਰਾਵਾਂ ਦੀਆਂ ਮੈਂ ਵੀਡੀਓ ਦੇਖਦਾ, ਸਾਨੂੰ ਕਹਿੰਦੇ ਅਲੱਗ ਧਰਮ ਬਣਾਓ, ਸਾਡਾ ਗ੍ਰੰਥ ਸਾਹਿਬ ਲਹਿਦਾ ਰੱਖੋ। ਮੇਰਾ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਜੱਟਾਂ ਦੇ ਨਹੀਂ, ਤੁਹਾਡੇ ਸਭ ਦੇ ਸਭ ਤੋਂ ਵੱਧ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ, ਕਿਸੇ ਹੋਰ ਨੇ ਨਹੀਂ ਸੀ ਕਿਹਾ। ਮੈਂ ਮਾੜਾ ਟਾਈਮ ਆਇਆ ਮੇਰੇ ਤੇ ਸਾਊਥ ਹਾਲ ਦੇ ਵਿੱਚ, ਮੈਂ ਗੁਰੂ ਰਵਿਦਾਸ ਜੀ ਦਾ ਗੁਰਦੁਆਰਾ ਸਾਊਥ ਹਾਲ ਦੇ ਵਿੱਚ, ਮੈਂ ਉੱਥੋਂ ਲੰਗਰ ਛਕਦਾ ਰਿਹਾ, ਇੱਕ ਸਾਲ ਮੈਂ ਉੱਥੋਂ ਪ੍ਰਸ਼ਾਦਾ ਛਕਦਾ ਰਿਹਾ। ਜੇ ਅੱਜ ਤੁਹਾਡੇ ਸਾਹਮਣੇ ਬੈਠਾ ਮੈਂ ਉਸ ਗੁਰੂ ਰਵਿਦਾਸ ਜੀ ਦੇ ਉਸ ਗੁਰਦੁਆਰਾ ਸਾਹਿਬ ਕਰਕੇ ਬੈਠਾ। ਮੈਂ
ਕਿਵੇਂ ਮੈਨੂੰ ਗੁੱਸਾ ਚੜਿਆ ਦੇਖ ਕੇ ਵੀ ਕਿਵੇਂ ਸਾਡੇ ਰਵਿਦਾਸੀ ਭਰਾਵਾਂ ਨੂੰ ਇਹ ਬੰਦਾ ਟਾਰਗੇਟ ਕਰਦਾ, ਰਵਿਦਾਸੀ ਭਰਾਵਾਂ ਨੂੰ ਨਾਲ ਲੈ ਕੇ ਇਹ ਗਲਤ ਬੋਲਦਾ। ਲੋਕ ਤੂੰ ਜੱਟਾਂ ਨੂੰ ਗਲਤ ਬੋਲਦਾ, ਉਹ ਇਹਨਾਂ ਨੂੰ ਬੋਲਦੇ ਆ, ਤੇ ਮੇਰੀ ਜੱਟਾਂ ਭਰਾਵਾਂ ਨੂੰ ਵੀ ਬੇਨਤੀ ਹੈ ਇਹਦੇ ਆ ਚਕੁੰਦਰ ਜੀ ਦੇ ਮਗਰ ਲੱਗ ਕੇ ਤੁਸੀਂ ਕਿਸੇ ਵੀ ਜਾਤ ਧਰਮ ਨੂੰ ਮਾੜਾ ਨਾ ਬੋਲੋ। ਪਰ ਮੈਂ ਦੇਖਿਆ ਯਾਰ ਇਹ ਬੰਦਾ ਇੰਨਾ ਕੁ ਜ਼ਹਿਰ ਘੋਲਦਾ ਪਿਆ ਸਿੱਖ ਕੌਮ ਦੇ ਵਿੱਚ, ਇਹ ਬਹੁਤ ਖਤਰਨਾਕ ਹੈ, ਦੂਜਾ ਸੂਰੀ ਜੰਮ ਪਿਆ। ਇਹਨਾਂ ਨੂੰ ਜੈੱਡ ਸਿਕਿਉਰਿਟੀ ਦੀ ਭੁੱਖ ਹੈ, ਇਹ ਵੀ ਹੁਣ ਸੂਰੀ ਵਾਂਗ ਜੈੱਡ ਸਿਕਿਉਰਿਟੀ ਲੈਣ ਨੂੰ ਫਿਰਦਾ। ਭਰਾ ਮੇਰਿਆ, ਜੈੱਡ ਸਿਕਿਉਰਿਟੀ ਕੁਛ ਨਹੀਂ ਕਰਦੀ ਹੈਗੀ, ਖੁੱਲੀ ਹਵਾ ਚ ਸਾਹ ਲੈਣੋਂ ਵੀ ਜਾਏਗਾ, ਜੰਗਲ ਪਾਣੀ ਨਹੀਂ ਜਾ ਸਕਦਾ ਡੱਬਾ ਲੈ ਕੇ ਇਕੱਲਾ, ਜੈੱਡ ਸਿਕਿਉਰਿਟੀ ਨਾਲ ਲੈ ਕੇ ਤੁਰੀ ਫਿਰੇਗਾ ਨਾ। ਇੰਨਾ ਮੇਰਾ ਵੀ ਰਵੈਰ ਪਾ ਲੋਕਾਂ ਨਾਲ, ਟੱਬਰ ਟੀਰ ਵਾਲਾ ਬੰਦਾ ਤੂੰ, ਹੁਣ ਲੋਕੀ ਤੇਰੇ ਟੱਬਰ ਦੀਆਂ ਵੀਡੀਓ ਕੱਢ ਕੱਢ ਪਾਉਂਦੇ ਪਏ ਆ, ਫਿਰ ਤੂੰ ਦੱਸਦਾ ਲਾਈਵਾਂ ਦੇ ਵਿੱਚ ਫੇਕ ਹੈ ਜੀ ਫੇਕ ਹੈ, ਉਹ ਕੱਢ ਕੱਢ ਹੁਣ ਵੀਡੀਓ ਪਾਉਂਦੇ ਆ, ਹੁਣ ਨਾ ਤੜਫੀ ਮੇਰਾ ਵੀਰ। ਤੂੰ ਜੱਟਾਂ ਦੀਆਂ ਕੁੜੀਆਂ ਨੂੰ ਇੰਨਾ ਗਲਤ ਬੋਲਦਾ ਲਾਈਵ ਤੇ ਹੋ ਕੇ, ਕਿਸੇ ਜੱਟ ਦੀ ਕੁੜੀ ਨੇ ਕਿਸੇ ਗੋਰੇ ਨਾਲ ਜੇ ਵਿਆਹ ਕਰਾ ਲਿਆ ਤੂੰ ਚੱਕ ਚੱਕ ਕੇ ਵੀਡੀਓ ਪਾਉਣਾ ਗੱਲ ਨੂੰ, ਤਾਂ ਤਾਂ ਚੱਕਦਾ। ਸ਼ਰਮ ਕਰ ਯਾਰ ਮਾੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਧੀਆਂ ਭੈਣਾਂ ਦੀ ਕੋਈ ਜਾਤ ਨਹੀਂ ਹੁੰਦੀ, ਭੈਣ ਭੈਣ ਹੁੰਦੀ ਹੈ, ਭਾਵੇਂ ਸਾਡੀ ਆਪਣੀ ਹੋਵੇ ਭਾਵੇਂ ਦੁਸ਼ਮਣ ਦੀ ਹੋਵੇ। ਬਸ ਕਰ ਮੇਰਾ ਭਰਾ, ਬਸ ਕਰ, ਬਖਸ਼ ਦੇ ਯਾਰ ਤੂੰ ਇਹਦੇ ਆਂਡੀਆਂ ਗਵਾਂਢੀਆਂ ਨੂੰ। ਮੇਰੀ ਬੇਨਤੀ ਆ ਭਰਾ ਮੇਰੇ, ਇਹਦੇ ਘਰ ਆਟਾ ਪਹੁੰਚਦਾ ਕਰ ਦਿਆ ਕਰੋ ਯਾਰ, ਇਹਨੂੰ ਰੋਟੀ ਸਬਜ਼ੀ ਕੋਈ ਕੌਲੀ ਚ ਪਾ ਕੇ ਸਬਜ਼ੀ ਫੜਾਇਆ ਕਰੋ, ਰੋਟੀ ਦੀ ਖਾਤਰ ਇਹ ਬੰਦਾ ਸਾਡੀ ਕੌਮ ਨੂੰ ਸਿੱਖ ਕੌਮ ਦੀਆਂ ਨੀਹਾਂ ਦੇ ਵਿੱਚ ਨਫ਼ਰਤ ਭਰਦਾ ਪਿਆ। ਮੁਗਲਾਂ ਨੇ ਜ਼ੋਰ ਲਾ ਲਿਆ, ਗੋਰਿਆਂ ਨੇ ਜ਼ੋਰ ਲਾ ਲਿਆ, ਭਰਾ ਮੇਰਿਆ ਸਿੱਖ ਤਾਂ ਵੀ ਨਹੀਂ ਮੁੱਕੇ, ਸਿੱਖ ਕੌਮ ਤਾਂ ਵੀ ਖਤਮ ਨਹੀਂ ਹੋਈ, ਤੂੰ ਕਿਹੜੀ ਬਾਗ ਦੀ ਮੂਲੀ ਹੈ।